ਲਓ ਵੀ ਦੋਸਤੋ, ਅੱਜ ਦੋ ਜਰਸੀਆਂ ਦਿਖਾਉਣੀਆਂ ਜਗਰਾਓ ਮੰਡੀ 'ਚੋਂ, ਦੋਨੇ ਚੰਗੇ ਥਣ ਹਵਾਨੇ ਵਾਲੀਆਂ ਅਤੇ ਤਾਜ਼ੀਆਂ ਸੂਈਆਂ ਦੋਸਤੋ, ਬਿਲਕੁਲ ਅਤੇ ਘੱਟ ਰੇਟ 'ਤੇ। ਅਤੇ ਵੀਡੀਓ ਦੇ ਐਂਡ 'ਤੇ ਇੱਕ ਨਗੀਨਾ ਦਿਖਾਉਣਾ ਤੁਹਾਨੂੰ ਆਪਾਂ, ਚੰਗੇ ਦੁੱਧ ਵਾਲਾ ਅਤੇ ਬਿਲਕੁਲ ਹੀ ਘੱਟ ਰੇਟ 'ਤੇ। ਅਤੇ ਵੀਡੀਓ ਨੂੰ ਐਂਡ ਤਾਈਂ ਜ਼ਰੂਰ ਵੇਖਿਆ ਜੇ, ਵੀਡੀਓ ਨੂੰ ਲਾਈਕ ਸ਼ੇਅਰ ਦੱਬ ਕੇ ਕਰ ਦਿਓ ਅੱਜ ਤੁਸੀਂ। ਬਾਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਕਿਹੜੇ ਪਿੰਡ ਤੋਂ ਆਏ? ਹਰਿਓ ਸਮਰਾਲੇ ਦੇ ਨਾਲ। ਸਮਰਾਲੇ ਦੇ ਨਾਲ? ਕਿੰਨੇ ਜਾਨਵਰ ਮੰਡੀ 'ਚ ਲੈ ਗਏ? ਤਿੰਨ। ਤਿੰਨ ਵੈਗੇ ਕੁਛ ਕਿ ਨਹੀਂ? ਨਹੀਂ ਵਿਕੇ ਜੀ। ਕੁਛ ਨਹੀਂ ਵਿਕੇ। ਇੱਕ ਨੰਬਰ ਜਰਸੀ ਕਿਨਵਾਂ ਸੂਆ? ਪਹਿਲਾ ਸੂਆ। ਪਹਿਲਾ ਸੂਆ ਸੂਈ ਹੈ? ਸੂਈ ਹੋਈ। ਕਿੰਨਾ ਕੁ ਦੁੱਧ ਤਿਆਰ ਆ? ਦੁੱਧ ਹੋਊਗਾ 10 ਕਿਲੋ ਤਿਆਰ। ਸਮਾਂ ਕਿੰਨਾ ਹੋ ਗਿਆ ਸੂਈ ਨੂੰ? 2-3 ਦਿਨ ਹੋਏ ਨੇ। ਅਤੇ ਬੱਚਾ ਕੀ ਦੇਗੀ ਜੀ? ਬੱਚੀ। ਬੱਚੀ ਮਗਰ? ਕੱਢਿਓ ਮਾੜੀ ਜੀ ਬਾਹਰ ਨੂੰ। ਆ ਦੋਸਤੋ, ਨੇੜ ਤੋਂ ਹਵਾਨਾ ਮੈਂ ਚੈੱਕ ਕਰਾ ਦਿੰਦਾ। ਥਣ ਸੋਹਣੇ ਨਿਖਰਮੇ, ਇਕੱਲੇ ਇਕੱਲੇ ਗੈਪ 'ਚ ਲੱਗੇ ਹੋਏ ਆ, ਅਤੇ ਹਵਾਨਾ ਦੋਸਤੋ ਵੇਖ ਸਕਦੇ ਹਾਂ। ਆਹ ਦੋਸਤੋ ਬੱਚਾ ਮਗਰ, ਅਤੇ ਥਣ ਦੋਸਤੋ ਮੈਂ ਨੇੜ ਤੋਂ ਚੈੱਕ ਕਰਾ ਦਿੰਦਾ, ਦੁਆਰ ਤੋਂ ਆ ਵੇਖ ਸਕਦੇ। ਨਿਖਰਮੇ ਇਕੱਲੇ ਇਕੱਲੇ ਗੈਪ 'ਚ ਲੱਗੇ ਹੋਏ ਆ, ਮਿਲਕ ਵੇ ਚੰਗੇ। ਹਾਂ ਬਾਈ, ਕੀ ਰੇਟ ਕਰਦੇ ਆ? ਇਹਦਾ 40 ਲੱਗਦਾ। ਕੁਛ ਮੰਡੀ 'ਚ ਲੱਗਦਾ 30 ਕੁ ਲੱਗਦਾ। ਲਾਸਟ ਕਿੰਨੇ ਦੇ ਦੋਗੇ? 35,000 ਦੀ ਦੇ ਦੋਗੇ। ਆਪਣਾ ਮੋਬਾਈਲ ਨੰਬਰ? 9872819413। ਦੁਬਾਰਾ ਫਿਰ ਦੱਸ ਦਿਓ ਜੀ। 9872819413। ਠੀਕ ਹੈ, ਧੰਨਵਾਦ ਜੀ। ਧੰਨਵਾਦ ਬਾਈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਕਿਹੜੀ ਜਗ੍ਹਾ ਤੋਂ ਆਏ? ਸਿੱਧੂਪੁਰ ਤੋਂ ਵੀਰੇ। ਸਿੱਧੂਪੁਰ ਕਿਹੜਾ ਜ਼ਿਲ੍ਹਾ? ਫਤਿਹਗੜ੍ਹ ਸਾਹਿਬ। ਫਤਿਹਗੜ੍ਹ ਸਾਹਿਬ ਪਿੰਡ ਦੇ ਨਾਲ। ਠੀਕ ਆ। ਕਿੰਨੇ ਜਾਨਵਰ ਲੈ ਕੇ ਆਏ ਜੀ? ਅੱਜ ਲੈ ਦੇ 5 ਵੀਰੇ। 5? ਹਾਂਜੀ। ਲੈ ਕੇ ਸਾਰੀ? ਹਾਂਜੀ ਵੀ। ਠੀਕ ਆ, ਇੱਕ ਰਹਿ ਗਈ? ਹਾਂਜੀ ਇੱਕ ਰਹਿ ਗਈ। ਕਿਨਵਾਂ ਸੂਆ ਜਰਸੀ? ਇੱਕ ਨੰਬਰ। ਇਹ ਪਲੂਣ ਸੂਈ ਹੋਈ, 4 ਦੰਦ ਦਾ ਮੂਹ। ਪਲੂਣ 4 ਦੰਦ ਸੂਈ ਹੈ? ਹਾਂਜੀ। ਅਤੇ ਦੁੱਧ ਕਿੰਨਾ ਤਿਆਰ ਹੈ? ਇਹ ਥੱਲੇ 13-14 ਕਿਲੋ ਬੋਲੀ ਤਿਆਰ। 13-14 ਕਿਲੋ ਬੋਲੀ ਤਿਆਰ ਹੈ? ਹਾਂਜੀ ਤਿਆਰ। ਦੁੱਧ ਕਿੰਨਾ ਚਵਾਊਗੀ? ਦੁੱਧ ਕਰ ਦੂਗੀ 15-16 ਲੀਟਰ ਕਰ ਦੂ। 15-16 ਕਿਲੋ ਚਵਾ ਦੂ ਖੁੱਲਾ? ਹਾਂਜੀ। ਬੱਚਾ ਕੀ? ਬੱਚਾ ਜੀ। ਕੱਢੀ ਮਾੜੀ ਬਾਹਰ। ਆ ਤੋਰੀ ਬੱਚੀ ਹੋ ਜੀ। ਹਵਾਨਾ ਦੋਸਤੋ ਨੇੜ ਤੋਂ ਚੈੱਕ ਕਰਾ ਦੇਣਾ, ਨਿਕਰਮੇ ਥਾਣਾ ਇਕੱਲੇ ਇਕੱਲੇ ਉਹ ਹੋ ਗਈ ਜੀ। ਆਹ ਥਾਣ ਵੇਖ ਸਕਦੇ ਨੇ। ਰੇਟ ਆ ਬਾਈ ਇਹਦਾ? ਇਹਦਾ 45,000। 45,000 ਰੁਪਈਆ ਉਹ ਲੱਗਦਾ ਮੰਡੀ 'ਚ? ਹਾਂਜੀ। ਲਾਉਣ ਕਿੰਨਾ ਲੱਗਿਆ? 34-35 ਲਾਉਣ। ਲਾਸਟ ਕਿੰਨੇ ਦੇ ਦੇਗਾ? 40 ਦੀ ਦਊਂਗੇ। 40 ਦੇ ਦੇਗਾ? ਹਾਂਜੀ 40 ਦੀ। ਮੋਬਾਈਲ ਨੰਬਰ? ਮੋਬਾਈਲ ਨੰਬਰ ਹੈਗਾ 95-924-33-737। ਦੁਬਾਰਾ ਫਿਰ? 95-924-33-737। ਠੀਕ ਹੈ, ਧੰਨਵਾਦ ਜੀ।